ਜਾਵੀਂ ਬਾਬਾ ਨਾਨਕਾ, ਇਹੋ ਜਿਹਾ ਵਕਤ ਲਿਆਵੀਂ ਬਾਬਾ ਨਾਨਕਾ, ਇਹੋ ਜਿਹਾ ਵਕਤ ਲਿਆਵੀਂ ਬਾਬਾ ਨਾਨਕਾ। ਬਾਬਾ ਨਾਨਕ ਵਿਖੇ ਮੌਜੂਦ ਆ ਤਾਂ ਘਰ ਹੈ ਗੁਰਦੀਪ ਸਿੰਘ ਰੰਧਾਵਾ ਹਨਾ ਦਾ, ਜਿਨ੍ਹਾਂ ਦੇ ਘਰ ਦੇ ਵਿੱਚ ਇਸ ਵੇਲੇ ਢੋਲ ਵੀ ਨੇ, ਪਟਾਕੇ ਵੀ ਨੇ, ਲੋਕ ਵੀ ਨੇ ਤੇ ਖੁਸ਼ੀਆਂ ਵੀ ਨੇ ਤੇ ਸਾਰੇ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਘਰ ਦੇ ਵਿੱਚ ਇਸ ਵੇਲੇ ਜਸ਼ਨ ਦਾ ਮਾਹੌਲ ਹੈ ਤਾਂ ਢੋਲ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਪਟਾਕੇ ਤੁਸੀਂ ਦੇਖ ਰਹੇ ਹੋਵੋਗੇ ਇਸ ਵੇਲੇ ਵੱਜਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿਸ ਤਰੀਕੇ ਦੇ ਨਾਲ ਨੱਚਦੇ ਟੱਪਦੇ ਪੰਜਾਬੀ ਜਿਹੜੇ ਆਪਣੀ ਨੱਚ ਗਾਣੇ ਕਰਕੇ ਜਾਣੇ ਜਾਂਦੇ ਨੇ ਤਾਂ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਖੁਸ਼ੀਆਂ ਦੀਆਂ ਤਸਵੀਰਾਂ ਨੇ ਤਾਂ ਤੁਸੀਂ ਦੇਖੋ ਇਸ ਵੇਲੇ ਤੁਸੀਂ ਆਪਣੇ ਪਰਿਵਾਰ ਸਮੇਤ ਇੱਥੇ ਜਿਹੜੇ ਸਾਰੇ ਪਹੁੰਚੇ ਨੇ, ਗੱਲਬਾਤ ਕਰਾਂਗੇ। ਮੈਡਮ ਕੀ ਕਹਿਣਾ ਚਾਹੋਗੇ? ਹਾਂਜੀ, ਬਹੁਤ ਖੁਸ਼ ਹਾਂ ਜੀ। ਅਸੀਂ ਆਪਣੇ ਹਲਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਵਧੀਆ ਲੀਡ ਦਿੱਤੀ ਆ, ਭਾਈ ਦਾ ਸਾਥ ਦਿੱਤਾ ਆ, ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਬਹੁਤ ਬਹੁਤ। ਅਸੀਂ ਸਾਰੇ ਜਿਹੜੇ ਪਤਾ ਲੱਗਾ ਜਿੱਤੇ ਨੇ ਤੇ ਕੀ ਮਨ ਚ ਆ? ਬਹੁਤ ਵਧੀਆ ਲੱਗਾ। ਵੇਖੋ ਜੀ ਕਿੰਨਾ ਪੁਰਾਣਾ ਗੜ੍ਹ ਸੀਗਾ ਕਾਂਗਰਸੀ, ਜਿਹਨੂੰ ਜਿਹਦਾ ਕਿਲਾ ਢਾਇਆ ਵਾ, ਬਹੁਤ ਖੁਸ਼ ਹਾਂ ਅਸੀਂ ਸਾਰੇ ਜਿਹੜੇ। ਅੱਛਾ ਜੀ, ਕਾਂਗਰਸ ਦਾ ਕਿੱਡਾ ਵੱਡਾ ਗੜ੍ਹ ਸੀ? ਤੁਹਾਨੂੰ ਪਤਾ ਹੀ ਆ ਕਿੰਨੇ ਸਾਲਾਂ ਤੋਂ ਮਤਲਬ ਜਿੱਤਦਾ ਆ ਰਿਹਾ, ਬਟ ਇੰਨੀ ਲੀਡ ਉਹਨੇ ਵੀ ਨਹੀਂ ਕਦੀ ਦਿੱਤੀ ਜਿੰਨੀ ਅੱਜ ਗੁਰਦੀਪ ਸਿੰਘ ਰੰਧਾਵਾ ਨੇ ਦਿੱਤੀ ਆ। ਡਰ ਲੱਗਦਾ ਸੀ? ਨਹੀਂ, ਸਾਨੂੰ ਬਿਲਕੁਲ ਹੀ ਡਰ ਲੱਗਾ, ਸਾਨੂੰ ਪੂਰਾ ਵਿਸ਼ਵਾਸ ਸੀਗਾ ਕਿਤੇ ਤੇ ਵਿਸ਼ਵਾਸ ਸੀ ਆਤਮਾ ਦੇ, ਸਾਨੂੰ ਸਾਡੇ ਵਾਹਿਗੁਰੂ ਤੇ ਵਿਸ਼ਵਾਸ ਸੀਗਾ। ਤੁਸੀਂ ਵੇਖ ਸਕਦੇ ਹੋ ਵਾਹਿਗੁਰੂ ਤੇ ਵਿਸ਼ਵਾਸ ਸੀ ਤਾਂ ਹੁਣ ਜਿਹੜਾ ਹੈ ਇਸ ਵੇਲੇ ਢੋਲ ਜਿਹੜਾ ਹੈ ਪੰਜਾਬੀਆਂ ਦਾ ਜਿਹੜਾ ਢੋਲ ਹੈ ਉਸ ਵੇਲੇ ਵੱਜਦਾ ਆ ਨਜ਼ਰ ਆ ਰਿਹਾ ਹੈ ਇਧਰੇ ਤਾਂ ਵਰਕਰਾਂ 'ਚ ਉਤਸ਼ਾਹ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਆਪਣੀ ਟੀਵੀ ਸਕਰੀਨ 'ਤੇ ਕਿ ਤੁਸੀਂ ਤੇ ਕਿਸ ਤਰੀਕੇ ਨਾਲ ਨੱਚਦੇ ਟੱਪਦੇ ਖੁਸ਼ੀਆਂ ਮਨਾਉਂਦੇ ਪਰਿਵਾਰਕ ਮੈਂਬਰ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਤਾਂ ਮਾਤਾ ਜੀ ਵੀ ਮੌਜੂਦ ਨੇ, ਘਰ ਦੇ ਹੋਰ ਵੀ ਮੈਂਬਰ ਨੇ ਤਾਂ ਘਰ ਦੇ ਵਿੱਚ ਇਸ ਵੇਲੇ ਖੁਸ਼ੀਆਂ ਨੇ ਤਾਂ ਤੁਸੀਂ ਵੇਖੋ। ਜੀ ਬਿਲਕੁਲ ਨਾਨਕਾ ਜਾਵੀਂ ਬਾਬਾ ਨਾਨਕਾ, ਇਹੋ ਜਿਹਾ ਵਕਤ ਲਿਆਵੀਂ ਬਾਬਾ ਨਾਨਕਾ, ਇਹੋ ਜਿਹਾ ਵਕਤ ਲਿਆਵੀਂ ਬਾਬਾ ਨਾਨਕਾ। ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਸਰਦਾਰ ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਕੋਲੇ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ 'ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ।
ਮਾਤਾ ਜੀ ਸਭ ਤੋਂ ਜ਼ਿਆਦਾ ਖੁਸ਼ ਨੇ, ਸਮਰਥਕ ਇਸ ਵੇਲੇ ਘਰ ਦੇ ਬਾਹਰ ਮੌਜੂਦ ਨੇ, ਪਟਾਕੇ ਚਲਾਏ ਜਾ ਰਹੇ ਨੇ, ਪਟਾਕੇ ਚਲਾਉਣ ਦੀ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਖੁਸ਼ੀਆਂ ਸਾਂਝੀਆਂ ਬੋਲੀਆਂ ਦੇ ਨਾਲ ਤੁਹਾਨੂੰ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਅਸੀਂ ਸਰਦਾਰ ਗੁਰਦੀਪ ਸਿੰਘ ਰੰਧਾਵਾ ਉਹਨਾਂ ਦੇ ਘਰ ਤੋਂ, ਤਾਂ ਕਾਂਗਰਸ ਦਾ ਗੜ੍ਹ ਮੰਨੇ ਜਾਣ ਵਾਲੇ ਡੇਰਾ ਬਾਬਾ ਨਾਨਕ 'ਚ ਵੱਡੀ ਜਿੱਤ ਹਾਸਲ ਕੀਤੀ ਹੈ, ਤਾਂ ਪਰਿਵਾਰਕ ਮੈਂਬਰ ਖੁਸ਼ ਨੇ, ਬੋਲੀਆਂ ਪਾ ਕੇ ਉਹਨਾਂ ਨੇ ਜਿਹੜਾ ਹੈ ਇਸ ਖੁਸ਼ੀ ਨੂੰ ਜ਼ਾਹਰ ਕੀਤਾ ਹੈ। ਤਾਂ ਉਹਨਾਂ ਨੇ ਕਿਹਾ ਵਾ ਇਹ ਆਂਦੇ ਸੀ 10 ਸਾਲਾਂ ਦਾ ਰਾਵਣ ਨਹੀਂ ਢਾਹ ਜਾਣਾ, ਢਾਹਤਾ ਨਾ ਫਿਰ ਗੁਰਦੀਪ ਰੰਧਾਵੇ ਨੇ। ਇੱਕ ਸਰਪੰਚੀ ਤੋਂ ਉੱਠ ਕੇ MLA ਦੀ ਸੀਟ ਲੜੀ, ਇੱਕ ਵਾਰੀ ਹਾਰ ਗਿਆ ਤੇ ਦੂਜੇ ਵਾਰੀ ਢਾਹਤਾ ਨਾ, ਆਂਦਾ ਸੀ ਮੈਂ ਸ਼ਾਹਪੁਰ ਚ ਇਦਾਂ ਕਰ ਦਾਂਗਾ, ਕੀ ਕਰ ਲੇਗਾ ਉਹ। ਬਿਲਕੁਲ ਤੁਸੀਂ ਵੇਖਿਓ ਕਿ ਲੋਕਾਂ ਵੱਲੋਂ ਕਿਹਾ ਜਾ ਰਿਹਾ ਖਾਸ ਤੌਰ ਦੇ ਉੱਤੇ, ਤਾਂ ਤੁਸੀਂ ਤਾਂ ਬਿਲਕੁਲ ਤਸਵੀਰ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੈ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ। ਤੁਸੀਂ ਤਸਵੀਰਾਂ ਰਾਹੀਂ ਵੇਖ ਸਕਦੇ ਹੋ ਖੁਸ਼ੀਆਂ ਜ਼ਾਹਰ ਕੀਤੀਆਂ ਨੇ, ਤਾਂ ਲਗਾਤਾਰ ਗੁਰਦੀਪ ਸਿੰਘ ਰੰਧਾਵਾ ਦੇ ਘਰ ਇਸ ਵੇਲੇ ਜਸ਼ਨ ਦਾ ਮਾਹੌਲ ਹੈ। MLA ਬਣੇ ਨੇ ਪਰ ਉਹਨਾਂ ਨੇ ਕਿਹਾ ਕਿ ਹੁਣ ਇੰਤਜ਼ਾਰ ਹੈ ਕਦੋਂ ਗੁਰਦੀਪ ਸਿੰਘ ਰੰਧਾਵਾ ਘਰ ਪਹੁੰਚਦੇ ਨੇ ਔਰ ਪਰਿਵਾਰਕ ਮੈਂਬਰਾਂ ਨਾਲ ਆਪਣੀ ਖੁਸ਼ੀ ਜ਼ਾਹਰ ਕਰਦੇ ਨੇ, ਲੇਕਿਨ ਸਮਰਥਕ ਇੱਥੇ ਜੁਟਣੇ ਸ਼ੁਰੂ ਹੋ ਗਏ ਨੇ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਡੇਰਾ ਬਾਬਾ ਨਾਨਕ।